ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੋ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ। ਸਲੋਕ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਪ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਵਾਹਿਗੁਰੂ ਸਾਹਿਬ ਜੀ ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ ਅਸਰਜ ਰੂਪੰ ਰਹੰਤ ਜਨਮੰ ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦ ਬਸੰਤ ਸਾਜ ਰਿਦਿਅੰ ਆਚੁਤ ਬੁਝੰਤ ਨਾਨਕ ਬਡ ਭਾਗੀ ਹੈ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਸਰਵ ਵਿਆਪੀ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਸਰੂਪਾਂ ਦੀ ਆਤਮਕ ਜੋਤ ਸ਼ਬਦ ਅਵਤਾਰ ਨਾਮ ਦੇ ਅਵਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਸਰੋਤਾ ਜਨ ਦੂਰ ਨੇੜੇ ਬੈਠੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਪਿਆਰ ਨਾ ਕਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੰਤਾ ਯੋਗ ਹੋ ਮਨੁੱਖ ਜਾਤੀ ਸਰੀਰ ਗੁਰੂ ਕਿਰਪਾ ਨਾਲ ਪ੍ਰਾਪਤ ਹੈ ਸਰੀਰ ਦੇ ਸਮੇਂ ਨੂੰ ਸਫਲਾ ਬਣਾ ਰਹੇ ਹੋ ਸਿੱਖ ਚੈਨਲ ਨਾਲ ਜੋੜ ਕਰਕੇ ਵਡਭਾਗੀ ਆਤਮਾ ਗੁਰੂ ਕੀ ਬਾਣੀ ਦੇ ਕਥਾ ਕੀਰਤਨ ਦਾ ਆਨੰਦ ਹਰ ਰੋਜ਼ ਮਾਣਦੀਆਂ ਹਨ। ਸੁੱਖਾਂ ਦੀ ਮਣੀ ਬਾਣੀ ਦਾ ਪਾਠ ਆਪ ਸੁਣ ਚੁੱਕੇ ਹੋ। ਕੁਝ ਸਮੇਂ ਤੋਂ ਲੈ ਕੇ ਲੜੀਵਾਰ ਚੱਲ ਰਹੇ ਪਾਠ ਅਤੇ ਉਸਦੀ ਵਿਚਾਰ ਜਿਨ੍ਹਾਂ ਨੂੰ ਸਾਹਿਸ ਕ੍ਰਿਤੀ ਸਲੋਕ ਕਿਹਾ ਜਾਂਦਾ ਹੈ ਔਰ ਜਿਨ੍ਹਾਂ ਦੇ 56 ਸਲੋਕਾਂ ਦਾ ਪਾਠ ਅਤੇ ਵਿਚਾਰ ਪਿਛਲੇ ਦੀਵਾਨਾਂ 'ਚ ਹੋ ਚੁੱਕੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਭਾਵੇ ਅਤੇ 57 ਸਲੋਕ ਆਪ ਜੀ ਨੇ ਸਰਵਣ ਕੀਤਾ ਹੈ। ਮਿਲ ਜੁੜ ਕੇ ਵਿਚਾਰ ਕਰੀਏ ਗੁਰੂ ਕੀ ਪਵਿੱਤਰ ਬਾਣੀ ਨਾਮ ਰੂਪ ਹੈ ਜਾਪ ਰੂਪ ਹੈ ਸਿਮਰ ਰੂਪ ਹੈ। ਪਿਛਲਿਆਂ ਯੁੱਗਾਂ 'ਚ ਹੋਰ ਸਾਧਨਾਂ ਨਾਲ ਹੋਰ ਪ੍ਰਾਪਤੀਆਂ ਬੇਨਤਾਂ ਨੂੰ ਹੋਈਆਂ। ਕਲਯੁੱਗ ਦੇ ਸਮੇਂ ਵਿੱਚ ਸਭ ਤੋਂ ਉੱਤਮ ਪਰਮੇਸ਼ਰ ਦਾ ਨਾਮ ਹੈ ਅਤੇ ਬਾਣੀ ਨਾਮ ਰੂਪ ਜਾਪ ਰੂਪ ਹੈ। ਸਰਯੁਗ ਸੱਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ ਤਿੰਨੋਂ ਯੁੱਗ ਤਿੰਨੋਂ ਦ੍ਰਿੜੇ ਕਲ ਕੇਵਲ ਨਾਮ ਆਧਾਰ। ਪਿਛਲੇ ਯੁੱਗਾਂ ਦੇ ਹੋਰ ਸਾਧਨ ਸਫਲੇ ਸੀ ਹੁਣ ਵੀ ਚੰਗੇ ਨੇ ਪਰ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ। ਅਬ ਕਲੂ ਆਇਓ ਰੇ ਇੱਕ ਨਾਮ ਬੋ ਵੋ ਧਨ ਰੁੱਤ ਨਾਹੀ ਮਤ ਭਰਮ ਭੁੱਲੋ। ਹੁਣ ਰੁੱਤ ਸਰਯੁਗ ਵਾਲੀ ਨਹੀਂ ਦੁਆਪਰ ਤ੍ਰੇਤੇ ਵਾਲੀ ਨਹੀਂ ਹੁਣ ਰੁੱਤ ਕਲਯੁਗ ਵਾਲੀ ਹੈ ਅਤੇ ਬੋ ਵੋ ਬੀਜਣਾ ਕਰੋ ਜਪਣਾ ਕਰੋ ਸੁਣਨਾ ਕਰੋ ਪਰਮੇਸ਼ਰ ਦੇ ਨਾਮ ਨੂੰ। ਨਾਮ ਤੋਂ ਬਿਨਾਂ ਹੋਰ ਸਾਧਨ ਚੰਗੀ ਗੱਲ ਹੈ ਪਰ ਮੁਕਤੀ ਨਹੀਂ ਮਿਲਣੀ। ਕਲਯੁੱਗ ਦਾ ਸਮਾਂ ਹੈ ਰੁੱਤ ਤੋਂ ਬਿਨਾਂ ਬੀਜਿਆ ਹੋਇਆ ਬੀਜ ਅਬਲ ਤਾਂ ਉੱਗਦਾ ਹੀ ਨਹੀਂ ਯੁੱਗ ਪਵੇ ਤੇ ਫਲ ਨਹੀਂ ਪੈਂਦਾ ਬੋਲ ਨਹੀਂ ਲੱਗਦਾ। ਇਸ ਕਰਕੇ ਵੱਧ ਤੋਂ ਵੱਧ ਨਾਮ ਰੂਪ ਜਾਪ ਰੂਪ ਗੁਰੂ ਕੀ ਬਾਣੀ ਨੂੰ ਪੜ੍ਹੋ
उस विचों नाम की महिमा की प्राप्ति होंदी है, अकाल पुरख निरंकार की सिफत की प्राप्ति होंदी है। इस श्लोक का पाठ आप स्रोते जना वीरां ने सरवण किया है। सो महाराज साहब गुरु अर्जन साहब जी हरि लाल हरि कृष्ण विद्वाना नू समुची संगत नू संबोधन करके दसते हैं, वो अकाल पुरख निरंकार ने ही सारे स्वरूप धारे ने सर युग तो लैके हुण तक। सो आप जी कह रहे हैं कदे समा सी ना संखं ना चक्रं ना गदा ना स्यामं। महाराज साहब कदे तू श्याम मूर्ति धार के आया, तेरे हाथ विच संख सी चक्र सी गदा गुरज सी, हुण तेरे हाथ विच नहीं संख ते नहीं चक्र, सुदर्शन चक्र जो विष्णु दे हाथ च सी, ते नहीं गदा भाव गुरज आदिक, ते नहीं तेरा श्याम मूर्ति है, ओदो भी सी तू ते हुण भी है। इसे नूं कहिआ आदि सच जुगाद सच है पी सच, नानक होसी पी सच, अस्तर्ज रूपंग रहंत जन्मं, जन्मा तो रहत है जमण मरण तो रहत है अस्तर्ज स्वरूप तेरा, ना पोतरे ना पुत्रे ना सत्रे ना मित्रे ना ताते ना माते ना जाते ना पाते। धन गुरु ओ गोविंद सिंह महाराज साहब तेरा कोई शत्रु मित्र नहीं, तेरी कोई माता पिता नहीं, तेरा कोई पुत्र पोतरा नहीं, है तू जरूर सब सृष्टि तेरी लादी है, तेरा स्वरूप है। संख चक्र गदा पदम आप आप कियो शदम, अपरंपर पार ब्रह्म लखे कौन ताहे जियो, केड़ा तेनू लख सकदा केड़ा तेनू जान सकदा है, वो सब कुछ होन भी है पर तू शदम कीता आरोप कीता है। जेड़ा तेनू जपदा संकट नहीं परे जोन नहीं आवे, नाम निरंजन जाकोरे कबीर को ठाक रहा है सो स्वामी जाके माई ना बापूरे। हजूर अगलियां पंक्तियां च होर कृपा कर दे है, नेत नेत कथंत कथंत बेदा ऊच मूच अपार गोबिंद है, कथंत कथन कर दे वेद चार, श्याम वेद ऋग्वेद यजुर्वेद अथर्वण वेद चारे किताबां, मुसलमानी मत वालियां दियां हंजील त्वेर जंबूर करान होर भी जिन्ने ग्रंथ ने, नेत नेत बेअंत बेअंत तैनू कथन करदे ने, तेरा अंत किसे नहीं पाया ना कोई पावेगा। उच्चे तो उच्चा है मूछ वड्डे अडंबर वाला वड्डे विस्तार वाला है, जिड्डा वड्डा तैनू भाव है ओडा ही वड्डा तू हो सकदा ते हुंदा रहे। सब सृष्टि तेरे जो पैदा हुई है तेरे विच लैता हो जाऊ, पारावार तो अपार है हे गोबिंद, हे गोबिंद स्वरूप सच्चे पातशाह महाराज साहब गो धरती दी बिंद रख्या करन वाला है, गो ग्रंथा वेदा द्वारे बिंद जानने योग है, बेअंत 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 को करंत पाठ देखिए दसवें पातशाह गुरु गोबिंद सिंह महाराज साहब, अपार गुणा दा मालक है, सिवत काल पुर सर्वव्यापी सब दे सांझे दी हो रही है। बसंत साध हृदय अचुत बजंत नानक बड भागी है, गुरु अर्जन साहब महाराज साहब दे पवित्र शब्द ने, किथे बसदा है साध महात्मा दे हिरदे च बसदा है, होर किथे बसदा है प्रभ जी बसे साध की रसना, महात्मा दी रसना दे वसदा है, सर्वव्यापी है विशेष तौर ते बजंत बुझ लेंदे है, समझ लेंदे तेनू सारी साई वेख लेंदे तेनू, कौन नानक बड भागी है। गुरु नानक पातशाह दी पंजवीं जोत गुरु अर्जन साहब बड भागी पुरख, तेन बुझ लेंदे है तेन समझ लेंदे है, हिरदे च वसा लेंदे है, नेत्रा च वसा लेंदे है, रसना दे वसा लेंदे है, रोम रोम गुरमुख रोम रोम हर त्यावे वसा लेंदे है, केवे वसाउंदे है बड भागी बन के, वड्डा अपना मन चो कढ के निम्रता विच आके सहनशीलता जर शक्ति विच आके, एनिक सब तो मैं ही वड्डा है मैनू सिरे तुम तुम थान चाहीदा है, ओ बसा लैंदे आ बड़ भागी बन के। इस प्रकार एडा क सोख श्लोक से अगला श्लोक, उद्यान बसन संसारं संबंधी सुवान स्याल खर है, निखम स्थान मन मोह मदरंग महा असाद पंच तस करहे,
हेत मोह भय भरम ब्रह्मण अहं फास तीक्षण कठिन है। पावक तो असाध कोड़ं अगम तीर न लंगन है। सार संग पाल नानक हर चरण सरण ओदरन कृपा। धन गुरु अर्जन साहब जी की रसना सानू संबोधन करके जनाउंदे हजूर सुनो सारे ध्यान देवो। ਇਹ ਸੰਸਾਰ ਚ ਬਚਣਾ ਜਿਹੜਾ ਸੰਸਿਆ ਦਾ ਭਰਿਆ ਹੈ। ਇਹ ਜਿਸ ਜਗਤ ਪੈਦਾ ਹੋਏ ਹੋ ਜਾਏ ਪੈਦਾ ਤੇ ਗਤ ਨਾਸ ਹੋਣ ਵਾਲਾ ਹੈ। ਇਹਨੂੰ ਵਸ ਦਾ ਮਹਿਸੂਸ ਸਮਝਦੇ ਹੋ? ਨਹੀਂ, ਉਦਿਆਨ ਉਜੜਿਆ ਹੋਇਆ ਜੰਗਲ ਦੇ ਸਮਾਨ ਇੱਥੇ ਵਸਣਾ ਹੈ। ਸਾਰਿਆਂ ਦੀ ਰੁਚੀ ਇਹ ਨਹੀਂ, ਸਾਰਿਆਂ ਦਾ ਖਿਆਲ ਇਹ ਨਹੀਂ। ਬੜੀਆਂ ਰੌਣਕਾਂ ਸ਼ਹਿਰ ਵਸਦੇ, ਬੜਾ ਕੁਛ ਵੇਖਣ ਨੂੰ, ਬੜਾ ਕੁਛ ਸੁਣਨ ਨੂੰ। ਉਜੜਿਆ ਕਿਵੇਂ, ਜੰਗਲ ਕਿਵੇਂ? ਭਗਤ ਕਬੀਰ ਜੀ ਰਾਮਾਨੰਦ ਦੇ ਚੇਲੇ ਕੋਲ ਰਿਹਾ ਕਰਦੇ, ਕਿ ਮੇਲਾ ਲੱਗਾ। ਚੇਲਿਆਂ ਮੇਲਾ ਵੇਖਣ ਦੀ ਮੰਗ ਕੀਤੀ, ਆਗਿਆ ਮਿਲ ਗਈ ਜਾਣ ਦੀ। ਕਬੀਰ ਜੀ ਖਮੋਸ਼ ਬੈਠੇ ਹੈ। ਕਬੀਰ ਤੂੰ ਨਹੀਂ ਗਿਆ ਜੇ ਤੁਹਾਡੇ ਚਰਨਾਂ 'ਚ ਮੇਲਾ ਨਹੀਂ, ਤੈਨੂੰ ਜ਼ਰੂਰ ਕੱਲਣਾ। ਸਤਿਬਚਨ ਜੀ ਬਚਨ ਮੰਨਣਾ ਚਲੇ ਗਏ। ਮੇਲੇ 'ਚ ਬੜੀਆਂ ਰੌਣਕਾਂ ਪਰ ਮੇਲਾ ਦੱਖ ਨਹੀਂ ਦਿੰਦਾ, ਮਨ ਖੁਸ਼ ਨਹੀਂ। ਫਿਰਦਿਆਂ ਫਰਾਂਦਿਆਂ ਜਾੜ ਨਹੀਂ ਹੁੰਦੀ, ਕਿਤੇ ਨਾ ਕਿਤੇ ਵਸਦਾ ਹਿਰਦਾ ਮਿਲ ਜਾਂਦਾ। ਇੱਕ ਪਵਿੱਤਰ ਆਤਮਾ ਮਹਾਤਮਾ ਮਿਲ ਗਏ, ਉਸ ਨਾਲ ਬੈਠ ਕੇ ਪਰਮੇਸ਼ਰ ਘਰ ਦੀਆਂ ਵਿਚਾਰਾਂ ਕੀਤੀਆਂ। ਵਾਪਸ ਆਏ ਰਾਮਾਨੰਦ ਨੇ ਚੇਲੇ ਇਕੱਤਰ ਕਰ ਲਏ। ਦੱਸੋ ਚੇਲੇ ਜਾਨੋ ਕੀ ਵੇਖਿਆ? ਜਿਹੋ ਜਿਹੀ ਕਿਸੇ ਦੀ ਰੁਚੀ ਸੀ ਉਹਨੇ ਦੱਸ ਦਿੱਤਾ, ਆਹ ਵੇਖਿਆ ਜੇ ਵੇਖਿਆ। ਕਬੀਰ ਤੂੰ ਨਹੀਂ ਦੱਸਦਾ, ਸੋ ਮਹਾਂਪੁਰਖੋ ਕੀ ਦੱਸਾਂ? ਉੱਥੇ ਕੁਛ ਵੀ ਨਹੀਂ ਸੀ, ਉਜਾੜ ਹੀ ਪਈ ਸੀ। ਇਹ ਕਿਵੇਂ? ਇਹ ਕਹਿੰਦੇ ਭੰਗੂੜੇ ਸੀ, ਉੱਥੇ ਨਾਚ ਸੀ, ਉੱਥੇ ਖਾਣ ਨੂੰ ਸੀ, ਉੱਥੇ ਨੱਚਣ ਟੱਪਣ ਨੂੰ ਸੀ, ਉੱਥੇ ਵੇਖਣ ਨੂੰ ਸੀ, ਤੂੰ ਕਿੰਨਾ ਜਾੜ। ਕਬੀਰ ਜਹੇ ਜਹੇ ਹਾਂ ਫਿਰਿਓ, ਕੌਤਕ ਠਾਓ ਉਠਾਏ, ਇੱਕ ਰਾਮ ਸੁਨੇਹੀ ਬਾਹਰਾ ਉੱਜੜ ਮੇਰੇ ਪਾਏ। ਸਲੋਕ ਹੈ ਕਬੀਰ ਜੀ ਦਾ, ਉਜਾੜ ਹੀ ਪਈ ਸੀ, ਇੱਕ ਮਿਲਿਆ ਸੀ ਵਸਦਾ ਹਿਰਦਾ। ਸੰਸਾਰ ਭਾਵੇਂ ਵਸਦਾ ਦਿਸਦਾ ਹੈ, ਬਾਜ਼ਾਰ ਭਾਵੇਂ ਬੜਾ ਕੁਛ ਦੁਨੀਆਂ ਤੇ ਦਿਸਦਾ ਹੈ, ਪਰ ਉਜਾੜ ਹੀ ਪਈ ਹੋਈ ਹੈ ਕਿਸੇ ਵਸਦੇ ਹਿਰਦੇ ਤੋਂ ਬਿਨਾਂ। ਸੰਸਾਰ 'ਚ ਵਸਣਾ ਉਧਿਆਨ, ਜੰਗਲ ਦੇ ਤਥਾ ਉੱਜੜੇ ਹੋਏ ਥਾਂ ਉੱਜੜਿਆ ਹੋਇਆਂ ਬਾਗਾਂ ਦੇ ਸਮਾਨ ਹੈ। ਉੱਜੜਿਆ ਹੋਇਆਂ ਜੰਗਲਾਂ ਬਾਗਾਂ 'ਚ ਤਾਂ ਫਿਰ ਕੀ ਰਹਿੰਦਾ? ਕੂਕਰ ਰਹਿੰਦੇ ਆ, ਗਿੱਦੜ ਰਹਿੰਦੇ ਆ, ਖੋਤੇ ਰਹਿੰਦੇ ਆ, ਹੋਰ ਜਾਨਵਰ ਬੇਅੰਤ ਰਹਿੰਦੇ ਹੈ। ਸੋ ਗੁਰੂ ਸਾਹਿਬ ਕਹਿੰਦੇ ਇੱਥੇ ਵੀ ਇਵੇਂ ਹੀ ਹੈ। ਉਧਿਆਨ ਵਸਣ ਸੰਸਾਰੰਗ ਸੰਬੰਧੀ ਆ ਦੁਨੀਆਂ ਦੇ ਦੂਰ ਨੇੜੇ ਦੇ ਜਿਹੜੀਆਂ ਜੂਨਾਂ ਚ ਆਏ ਨੇ ਉਹ ਇਹਨਾਂ ਦਾ ਸੁਭਾਅ ਹੈ। ਕੌਡੇ ਰਾਹੀ ਦੀ ਤਰ੍ਹਾਂ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ, ਮੈਂ ਕਦੇ ਬੰਦੇ ਨਹੀਂ ਖਾਧੇ, ਮੈਂ ਸੀਸੇ ਦੁਆਰਾ ਵੇਖ ਲੈਂਦਾ। ਜਿਹੋ ਜਿਹੀ ਕਿਸੇ ਦੀ ਕਰਤੂਤ ਹੁੰਦੀ ਹੈ ਉਹੋ ਜਿਹਾ ਦਿਸਦਾ। ਕਰਤੂਤ ਪਸ਼ੂ ਕੀ ਮਾਨ ਸੁਜਾਤ। ਲੋਕ ਪਚਾਰਾ ਕਰੇ ਦਿਨ ਰਾਤ, ਸ਼ਾਮਲੀਆਂ ਕਰਨੀ ਲੱਗੇ ਹੋਏ ਹੈ, ਕਰਮ ਪਸ਼ੂਆਂ ਵਾਲੇ ਨੇ। ਇਸ ਪ੍ਰਕਾਰ ਵੇਖਣ ਨੂੰ ਮਨੁੱਖ ਜਾਤੀ ਸਰੀਰ ਹੈ, ਸਰਬੰਧੀ ਤੇ ਨਿਕਟਵਰਤੀ ਦੁਨੀਆਂ ਦੇ ਲੋਕ। ਕੋਈ ਸਵਾਨ ਕੂਕਰ ਦੇ ਸੁਭਾਅ ਦਾ ਬਿਲਾ ਵਜਾਈ ਟਾਉਂ ਟਾਉਂ